ਟੋਰੰਟੋ ਪੁਲਿਸ ਐਂਡ ਯਾਰਕ ਰੀਜਨਲ ਪੁਲਿਸ ਨੇ ਵਰਨਿੰਗ ਜਾਰੀ ਕੀਤੀ ਹੈ ਕਾਰ ਜੈਕਿੰਗ ਨੂੰ ਲੈ ਕੇ ਕਾਰ ਥੈਫਟਸ ਨੂੰ ਲੈ ਕੇ ਜਿਹੜੇ ਕਾਰਾਂ ਦੇ ਚੋਰ ਹੈ ਉਹਨਾਂ ਨੇ ਉਹ ਨਵੀਂ ਟੈਕਟ ਸਪਣਾਈ ਹੈ ਜਿਹਨੂੰ ਕੀ ਬੰਪ ਐਂਡ ਸਟੀਲ ਰੀਅਰ ਬੰਪਿੰਗ ਯਾ ਫੈਂਡਰ ਬੈਂਡਰ ਟੈਕਸ ਕਿਹਾ ਜਾਂਦਾ ਹੈ ਕੀ ਹੈ ਫੈਂਡਰ ਬੈਂਡਰ ਟੈਕਸ ਜਦ ਤੁਸੀਂ ਰੋਡ ਤੇ ਜਾ ਰਹੇ ਹੋ ਤਾਂ ਤੁਹਾਨੂੰ ਅਚਾਨਕ ਪਿੱਛੋਂ ਕੋਈ ਗੱਡੀ ਹਿੱਟ ਕਰਦਾ ਹੈ ਔਰ ਜਦ ਹਿੱਟ ਹੁੰਦੀ ਹੈ ਗੱਡੀ ਤੇ ਤੁਸੀਂ ਉਤਰ ਕੇ ਦੇਖਦੇ ਹੋ ਕਿ ਕਿਨੇ ਹਿੱਟ ਕੀਤੀ ਉਨੇ ਟਾਈਮ ਦੇ ਅੰਦਰ ਜਿਹੜਾ ਚੋਰ ਐ ਪਿਛਲੀ ਗੱਡੀ ਵਾਲਾ ਤੁਹਾਡੀ ਗੱਡੀ ਦੀ ਚਾਬੀ ਲੈ ਕੇ ਉਹ ਭੱਜ ਜਾਂਦਾ ਐ ਐਦਾਂ ਦੇ ਤਿੰਨ ਤੋਂ ਜ਼ਿਆਦਾ ਮਾਮਲੇ ਯੋਰਕ ਰਜਿਸਟ੍ਰੈਂਸ ਸਾਹਮਣੇ ਆਏ ਉਹਦੇ ਬਾਅਦ ਪੁਲਿਸ ਨੇ ਆ ਵਾਰਨਿੰਗ ਜਾਰੀ ਕੀਤੀ ਐ ਕਿ ਰੋਡ ਦੇ ਉੱਪਰ ਅਗਰ ਛੋੜਨ ਨੂੰ ਪਿੱਛੋਂ ਕੋਈ ਹਿੱਟ ਕਰਦਾ ਜਿਹਨੂੰ ਕਿ ਰੀਅਰ ਬੰਪਿੰਗ ਹਿੱਟ ਕਿਹਾ ਜਾਂਦਾ ਐ ਜਾਂ ਉਹਨੂੰ ਬੰਪ ਐਂਡ ਸਟੀਲ ਕਿਹਾ ਜਾਂਦਾ ਐ ਜਾਂ ਉਹਨੂੰ ਫੈਂਡਰ ਬੈਂਡਰ ਟੈਕ ਕਿਹਾ ਜਾਂਦਾ ਐ ਕਿ ਚੋਰ ਨੇ ਪਿੱਛੋਂ ਹਿੱਟ ਕੀਤੀ ਤੁਸੀਂ ਗੱਡੀ ਤੋਂ ਉਤਰੇ ਅਗਲਾ ਪਿੱਛੋਂ ਉਤਰ ਕੇ ਆਇਆ ਗੱਡੀ ਜੋ ਤੁਹਾਡੀ ਗੱਡੀ ਕਿਉਂਕਿ ਤੁਸੀਂ ਬਾਹਰੋਂ ਰੋਡ ਤੇ ਉਹ ਗੱਡੀ ਲੈ ਕੇ ਭੱਜ ਜਾਂਦਾ ਐ ਇਦਾਂ ਦੀ ਚੀਜ਼ਾਂ ਤੋਂ ਰੋਡ ਤੇ ਤੁਸੀਂ ਅਵੇਅਰ ਰਹੋ ਅਗਰ ਤੁਹਾਨੂੰ ਪਿੱਛੋਂ ਕੋਈ ਹਿੱਟ ਕਰਦਾ ਤੁਸੀਂ ਆਪਣੀ ਗੱਡੀ ਚੋਂ ਨਹੀਂ ਉਤਰਨਾ ਔਰ ਤੁਸੀਂ 911 ਕਾਲ ਕਰਨੀ ਹੈ ਗੱਡੀ ਚੋਂ ਉਤਰੇ ਤੇ ਤੁਹਾਨੂੰ ਨਹੀਂ ਪਤਾ ਕਿ ਪਿਛਲੀ ਗੱਡੀ ਵਾਲਾ ਰੀਅਲ ਡਰਾਈਵਰ ਹੈ ਕਿ ਉਹ ਫੇਕ ਕਾਰਜਕਰ ਹੈ ਜਿਹਨੇ ਜਿਹਦਾ ਪਰਪਸ ਹੈ ਤੁਹਾਡੀ ਗੱਡੀ ਨੂੰ ਚੋਰੀ ਕਰਨਾ ਸੋ ਆ ਪੁਲਿਸ ਨੇ ਵਾਰਨਿੰਗ ਜਾਰੀ ਕੀਤੀ ਹੈ ਕਿ ਤੁਸੀਂ ਫੈਂਡਰ ਬੈਂਡਰ ਟੈਕਟ ਇਹ ਨੂੰ ਪਛਾਣੋ ਕੀ ਹੈ ਰੋਡ ਦੇ ਉੱਪਰ ਕੇਅਰਫੁੱਲ ਹੋ ਕੇ ਗੱਡੀ ਚਲਾਓ ਤਾਂ ਕਿ ਪਿੱਛੋਂ ਵੀ ਕੋਈ ਹਿੱਟ ਕਰਦਾ ਤੇ ਉਹ ਪੁਲਿਸ ਨੂੰ ਕਾਲ ਕਰੋ 911 ਨਾ ਕਿ ਤੁਸੀਂ ਗੱਡੀ ਤੋਂ ਬਾਹਰ ਉਤਰੋ ਸੋ ਬੀ ਅਵੇਅਰ ਅਬਾਊਟ ਦਾ ਫੈਂਡਰ ਬੈਂਡਰ ਟੈਕਸ ਪੁਲਿਸ ਨੇ ਵਾਰਨਿੰਗ ਜਾਰੀ ਕੀਤੀ ਹੈ ਦੇ ਉੱਪਰ ਤੁਸੀਂ ਜਦ ਰੋਡ ਦੇ ਉੱਪਰ ਹੋ ਤਾਂ ਇਸ ਚੀਜ਼ ਦੇ ਲਈ ਕੇਅਰਫੁਲ ਰਹੋ ਕਿ ਪਿਛਲੀ ਗੱਡੀ ਵਾਲਾ ਹੋ ਸਕਦਾ ਹੈ ਉਹ ਚੋਰ ਹੋਏ ਜਿਹਦਾ ਪਰਪਸ ਤੁਹਾਡੀ ਗੱਡੀ ਚੋਰੀ ਕਰਨਾ ਹੈ ਔਰ ਉਹਨੇ ਇੰਟੈਂਸ਼ਨਲੀ ਤੁਹਾਡੀ ਗੱਡੀ ਪਿੱਛੋਂ ਹਿੱਟ ਕੀਤੀ ਹੈ ਤਾਂ ਕਿ ਤੁਸੀਂ ਗੱਡੀ ਤੋਂ ਉਤਰੋ ਔਰ ਤੁਹਾਡੀ ਗੱਡੀ ਲੈ ਕੇ ਉਹ ਭੱਜ ਜਾਏ ਐਦਾਂ ਦੇ ਕਾਫੀ ਮਾਮਲੇ ਸਾਹਮਣੇ ਆਏ ਹੈ ਤੇ ਪੁਲਿਸ ਨੇ ਐਦਾਂ ਦੇ ਵਾਰਨਿੰਗ ਜਾਰੀ ਕੀਤੀ ਹੈ ਜੀਟੀਏ ਦੇ ਰੈਜ਼ੀਡੈਂਟਸ ਹੁਣ ਕਾਰ ਜੈਕਿੰਗ ਤੋਂ ਬਹੁਤ ਪਰੇਸ਼ਾਨ ਹੋ ਗਏ ਹੈ ਕਿਉਂਕਿ ਉਹਨਾਂ ਦੀ ਡਰਾਈਵਵੇਜ਼ ਤੋਂ ਰੋਡਸ ਤੋਂ ਮਾਲ ਦੀ ਪਾਰਕਿੰਗਸ ਤੋਂ ਈਵਨ ਗਾਰਾਜ ਦੇ ਅੰਦਰੋਂ ਕਾਰ ਦੇ ਅੰਦਰੋਂ ਗੱਡੀਆਂ ਚੋਰੀ ਹੋਈਆਂ ਇਹਦੇ ਉੱਪਰ ਸਾਡਾ ਸਿਸਟਮ ਹੱਲੇ ਤੱਕ ਗੱਡੀਆਂ ਫੜ ਰਿਹਾ ਹੈ ਲੇਕਿਨ ਇੰਨੀਆਂ ਜ਼ਿਆਦਾ ਗੱਡੀਆਂ ਚੋਰੀ ਆ ਕਿ ਸਿਸਟਮ ਵੀ ਕਿੱਥੇ ਨਾ ਕਿੱਥੇ ਹਾਰ ਚੁੱਕਾ ਹੈ। ਇਹਦੇ ਬਾਅਦ ਰੈਜ਼ੀਡੈਂਟਸ ਨੇ ਆਪਣੀ ਰਿਸਪੌਂਸਿਬਿਲਟੀ ਆਪ ਵੀ ਚੱਕੀ ਹੈ। ਉਹਨਾਂ ਨੇ ਆਪਣੇ ਡਰਾਈਵਵੇਜ਼ ਦੇ ਉੱਪਰ ਕੁਝ ਸਟੀਲ ਪੋਸਟ ਇੰਸਟਾਲ ਕੀਤੇ ਜਿਹੜੇ ਕਿ ਚੀਪ ਨਹੀਂ ਹੈ। 1000 ਆਫ ਡਾਲਰਸ ਦਾ ਖਰਚਾ ਹੈ। ਔਰ ਤੁਸੀਂ ਵੀ ਅਗਰ ਆਪਣੀ ਗੱਡੀ ਨੂੰ ਪ੍ਰੀਵੈਂਟ ਕਰਨਾ ਚਾਹੁੰਦੇ ਹੋ ਤੇ ਵਨ ਆਫ ਦਾ ਵੇ ਕਿ ਤੁਸੀਂ ਸਟੀਲ ਦੇ ਪੋਸਟ ਆਪਣੇ ਡਰਾਈਵੇ ਤੇ ਲਾ ਸਕਦੇ ਹੋ ਲੇਕਿਨ ਉਹ ਸਿਟੀ ਦੀ ਪ੍ਰਾਪਰਟੀ 'ਚ ਨਹੀਂ ਹੋਣੇ ਚਾਹੀਦੇ ਮੀਨ ਸਾਈਡਵੌਕ ਤੇ ਨਹੀਂ ਹੋਣੇ ਚਾਹੀਦੇ ਤੁਸੀਂ ਆਪਣੇ ਡਰਾਈਵੇ ਤੇ ਅਗਰ ਗੱਡੀ پارک ਕਰਦੇ ਹੋ ਤੇ ਉੱਥੇ ਸਟੀਲ ਦੇ ਪੋਲਸ ਲਾ ਸਕਦੇ ਹੋ ਆ ਤਿੰਨ ਤਰ੍ਹਾਂ ਦੇ ਸਟੀਲ ਦੇ ਪੋਸਟ ਆਂਦੇ ਆ ਇੱਕ ਆਂਦੇ ਰਿਮੂਵੇਬਲ ਇੱਕ ਆਂਦੇ ਜਿਹੜੇ ਹਾਈਡਰੌਲਿਕ ਹੁੰਦੇ ਆ ਜ਼ਮੀਨ ਦੇ ਉੱਪਰ ਥੱਲੇ 'ਚ ਚਲੇ ਜਾਂਦੇ ਆ ਇੱਕ ਫਿਕਸਡ ਪੋਲਸ ਹੈ ਸੋ ਤੁਸੀਂ ਚੈੱਕ ਕਰਕੇ ਕੰਕਰੀਟ ਵਾਲਿਆਂ ਨਾਲ ਇਹਦੇ ਉੱਤੇ ਧਿਆਨ ਦੇ ਸਕਦੇ ਹੋ ਅਗਰ ਗੱਡੀਆਂ ਮਹਿੰਗੀਆਂ ਹਨ ਅਗਰ ਚੋਰੀ ਤੁਸੀਂ ਰੋਕਣਾ ਚਾਹੁੰਦੇ ਹੋ ਤੇ ਅਗਰ ਸਿਸਟਮ ਨਹੀਂ ਹੋ ਰਿਹਾ ਤੇ ਕੁਛ ਕਰ ਰਿਆ ਔਰ ਤੁਸੀਂ ਅਫੋਰਡ ਕਰ ਸਕਦੇ ਹੋ ਸਟੀਲ ਦੇ ਪੋਸਟ ਲਾਣਾ ਤੇ ਤੁਸੀਂ ਵੀ ਆਪਸ਼ਨ ਨੂੰ ਚੂਸ ਕਰ ਸਕਦੇ ਹੋ ਅਸੀਂ ਤੁਹਾਨੂੰ ਇੱਥੇ ਕੁਝ ਇਮੇਜਸ ਹੀ ਦਿਖਾਵਾਂਗੇ ਜਿਹੜੇ ਕਿ ਟੋਰਾਂਟੋ ਪੁਲਿਸ ਨੇ ਰਿਲੀਜ਼ ਕੀਤੀ ਹੈ ਕਿ ਕਿਸ ਹਿਸਾਬ ਨਾਲ ਜਿਹੜੇ ਗਰਾਜ ਦੇ ਅੰਦਰ ਜਾਂ ਡਰਾਈਵਵੇ ਤੇ ਲੋਕਾਂ ਨੇ ਸਟੀਲ ਪੋਸਟ ਜੀਟੀਏ ਦੇ ਰੈਜ਼ੀਡੈਂਸ ਤੇ ਲਾਇਆ ਕਿਉਂਕਿ ਪਿਛਲੇ 3-4 ਸਾਲਾਂ ਚ ਲੋਕ ਦੁਖੀ ਹੋ ਗਏ ਹੈ ਜਿੰਨੀ ਅਮਾਉਂਟ ਆਫ ਗੱਡੀਆਂ ਅੱਜ ਚੋਰੀ ਹੋ ਰਹੀ ਹੈ ਔਰ ਸਾਡੇ ਸਿਆਸਤਦਾਨ ਇਹਦੇ ਤੇ ਕੋਈ ਵੀ ਚੁੱਪੀ ਸਾਦੇ ਹੋਏ ਕੋਈ ਕੁਝ ਬੋਲਦਾ ਨਹੀਂ